ਆ ਜੀ ਬੰਦਾ ਉੱਪਰ ਚੜਿਆ ਹੋਇਆ ਆ, ਦੇਖੋ ਫਾਇਰ ਬ੍ਰਿਗੇਡ ਵਾਲੇ ਵੀ ਆ ਗਏ ਆ, ਥੱਲੇ ਪੁਲਿਸ ਵੀ ਆ ਗਈ ਆ। ਇਹ ਦੇਖ ਲਓ ਗਰੀਸੀ ਐਮੀਗ੍ਰੇਸ਼ਨ ਲੈਣ ਵਾਸਤੇ ਬੰਦੇ ਨੂੰ ਕੀ ਕਰਨਾ ਪੈ ਰਿਹਾ। ਉਹ ਉੱਪਰ ਚੜਿਆ ਹੋਇਆ ਆ ਅਤੇ ਪੁਲਿਸ ਆਈ ਹੋਈ ਆ, ਥੱਲੇ ਕਿੰਨੇ ਲੋਕ ਖੜ੍ਹੇ ਆ, ਟ੍ਰੈਫਿਕ ਵੀ ਉਹਨਾਂ ਨੇ ਬੰਦ ਕਰ ਦਿੱਤਾ ਆ। ਆ ਦੇਖੋ ਜੀ ਇਹ ਹੋ ਰਿਹਾ ਗਰੀਸ ਦੇ ਪੇਪਰ ਲੈਣ ਵਾਸਤੇ। ਇਹਨੂੰ ਸਿਰਫ ਪੁਲਿਸ ਨੇ ਇਹੀ ਪੁੱਛਿਆ ਕਿ ਆਪਣੇ ਪੇਪਰ ਦਿਖਾ, ਅਤੇ ਪੁਲਿਸ ਨੇ ਇਹਨੂੰ ਫੜਿਆ ਅਤੇ ਇਹ ਦੌੜ ਕੇ ਉੱਪਰ ਐਂਗਲਾਂ 'ਤੇ ਜਾ ਚੜਿਆ। ਆਹ ਕੁਛ ਇਹ ਹੋ ਰਿਹਾ ਆ। ਉਹ ਬੰਦਾ ਹੁਣ ਸੋਚ ਰਿਹਾ ਮੈਂ ਥੱਲੇ ਛਾਲ ਮਾਰਾਂ, ਜਿਹੜੀ ਗਰੀਸੀ ਪੁਲਿਸ ਹੈ ਇਹ ਬਚਾ ਰਹੀ ਉਹਨੂੰ ਕਿ ਉਹਦੇ ਸੱਟ ਚੋਟ ਨਾ ਲੱਗੇ, ਮਰ ਨਾ ਜਾਵੇ, ਕਿਉਂਕਿ ਇਹਨਾਂ ਦੇ ਨਾਲ ਲੱਗ ਜਾਣਾ। ਇਸ ਕਰਕੇ ਸਾਰੇ ਥੱਲੇ ਖੜ੍ਹੇ, ਪੁਲਿਸ ਵੀ ਖੜ੍ਹੀ ਆ, ਫਾਇਰ ਬ੍ਰਿਗੇਡ ਦੀ ਗੱਡੀ ਵੀ ਖੜ੍ਹੀ ਆ। ਇਹ ਗਰੀਸ ਅਮੋਨੀਆ ਸੈਂਟਰ ਵਿੱਚ ਹੋ ਰਿਹਾ ਆ, ਜਿਹੜਾ ਕੈਪੀਟਲ ਸਿਟੀ ਆ ਐਥਨ, ਉਹਦਾ ਜਿਹੜਾ ਸੈਂਟਰ ਆ ਅਮੋਨੀਆ, ਉਹਦੇ ਵਿੱਚ ਇਹ ਹੋ ਰਿਹਾ ਸਭ ਕੁਛ। ਦੇਖ ਲਓ ਜੀ ਬੰਦਾ ਉੱਪਰ ਚੜਿਆ ਹੋਇਆ। ਠੀਕ ਹੈ ਜੀ, ਓਕੇ ਬਾਏ।